ਤੁਹਾਨੂੰ ਇਸ ਉਮਰ ਦੇ ਵਿੱਚ ਵੀ ਇਹ ਕਰਦੇ ਪਏ ਹੋ? ਹਾਲਾਤ ਇਸ ਤਰ੍ਹਾਂ ਹੈ ਵੀ ਘਰ ਦੇ ਹਾਲਾਤ ਜਿਹੜੇ ਆ ਨਾ, ਮਤਲਬ ਮੇਰੇ ਘਰ ਦੇ ਜਿਹੜੇ ਆ ਨਾ ਉਹ ਬਿਮਾਰ ਹੋ ਗਏ। ਬਿਮਾਰ ਹੋਣ ਕਰਕੇ ਉਹ ਸਾਲ ਇੱਕ ਸਾਲ ਨੂੰ ਜੀਤੇ ਰਹੇ। ਅਸੀਂ ਇੱਕ ਮੇਰਾ ਬੇਟਾ ਅਤੇ ਇੱਕ ਮੈਂ ਸੀ, ਅਸੀਂ ਉਹਨੂੰ ਸਾਲ ਭਰ ਅਸੀਂ ਸਾਨੂੰ ਸਾਂਭਦੇ ਰਹੇ। ਮੁੜ ਕੇ ਚਲੋ ਥੋੜ੍ਹਾ ਬਹੁਤਾ ਕੋਈ ਪੈਸੇ ਵੀ ਮੇਰੇ ਸਿਰ ਦੇ ਉੱਪਰ ਚੜ੍ਹ ਗਏ, ਰਿਸ਼ਤੇਦਾਰਾਂ ਕੋਲ ਮੈਂ ਫੜ ਫੜ ਕੇ, ਅਤੇ ਉਹਨਾਂ ਦਾ ਮੈਂ ਆਪਣੀ ਵੱਲੋਂ ਕੋਸ਼ਿਸ਼ ਕੀਤੀ ਵੀ ਮੈਂ ਬਚਾਵਾਂਗਾ ਉਹਨੂੰ, ਪਰ ਉਹ ਨਹੀਂ ਬਚੇ। ਕਿੰਨੀ ਦੇਰ ਤੋਂ ਲਾ ਰਹੇ ਹੋ ਵੇਲਣਾ, ਕਦੋਂ ਤੋਂ ਪਾਇਆ ਇਹ ਵੇਲਣਾ? ਮੇਰੇ ਕੋਲ ਇਹ 6 ਸਾਲ ਹੋ ਗਏ, 6 ਸਾਲ ਤੋਂ ਚੱਲਦਾ ਹੈ। ਵੀ ਕਿਰਤ ਕਮਾਈ ਕਰੋ ਅਤੇ ਕਿਰਤ ਕਮਾਈ ਕਰਕੇ ਆਪ ਵੀ ਛਕੋ, ਅਤੇ ਹੋ ਸਕਦਾ ਅਤੇ ਮਤਲਬ ਕਿਸੇ ਨੂੰ, ਗਰੀਬ ਨੂੰ ਜਾਂ ਕਿਸੇ ਨੂੰ, ਉਹਨੂੰ ਵੀ ਛਕਾਓ। ਬਟਾਲੇ ਦੀਆਂ ਸੜਕਾਂ 'ਤੇ ਇੱਕ ਅਕਸਰ ਹੀ ਵੇਲਣਾ ਦੇਖਣ ਨੂੰ ਮਿਲਦਾ, ਔਰ ਬਾਬਾ ਬਲਦੇਵ ਸਿੰਘ ਦੀ ਉਡੀਕ ਰਹਿੰਦੀ ਆ ਕਿ ਕਦੋਂ ਉਹ ਆਉਣਗੇ ਅਤੇ ਉਹਨਾਂ ਕੋਲ ਠੱਡੀ ਰੋਹ ਜਿਹੜੀ ਆ ਉਹ ਲੋਕ ਪੀਂਦੇ ਨੇ। ਦੁਕਾਨਦਾਰ ਵੀ ਬਹੁਤ ਉਡੀਕ ਕਰਦੇ ਨੇ, ਰਾਹਗੀਰ ਵੀ ਜਿਹੜੇ ਨੇ ਅਤੇ ਉਹ ਵੀ ਬਾਬਾ ਜੀ ਨੂੰ ਪੂਰਾ ਸਤਿਕਾਰ ਦਿੰਦੇ ਨੇ। ਆਪਾਂ ਗੱਲ ਕਰਦੇ ਹਾਂ ਬਲਦੇਵ ਸਿੰਘ ਰਾਣਾ, ਇਹ ਉਮਰ ਵੀ ਵੱਡੀ ਹੈ ਅਤੇ ਇਹ ਸਾਰੇ ਕੰਮ ਜਿਹੜਾ ਕਰ ਰਹੇ ਹੋ ਤੁਸੀਂ, ਇਹ ਕੀ ਇਹੋ ਜਿਹੇ ਹਾਲਾਤ ਆ ਕਿ ਤੁਹਾਨੂੰ ਇਸ ਉਮਰ ਦੇ ਵਿੱਚ ਵੀ ਇਹ ਕਰਦੇ ਪਏ ਹੋ? ਹਾਲਾਤ ਇਸ ਤਰ੍ਹਾਂ ਹੈ ਵੀ ਘਰ ਦੇ ਹਾਲਾਤ ਜਿਹੜੇ ਆ ਨਾ, ਮਤਲਬ ਮੇਰੇ ਘਰ ਦੇ ਜਿਹੜੇ ਆ ਨਾ ਉਹ ਬਿਮਾਰ ਹੋ ਗਏ। ਬਿਮਾਰ ਹੋਣ ਕਰਕੇ ਉਹ ਸਾਲ ਇੱਕ ਸਾਲ ਮੰਜੀਤੇ ਰਹੇ। ਅਸੀਂ ਇੱਕ ਮੇਰਾ ਬੇਟਾ ਅਤੇ ਇੱਕ ਮੈਂ ਸੀ, ਅਸੀਂ ਉਹਨੂੰ ਸਾਲ ਭਰ ਅਸੀਂ ਸਾਨੂੰ ਸਾਂਭਦੇ ਰਹੇ। ਮੁੜ ਕੇ ਚਲੋ ਥੋੜ੍ਹਾ ਬਹੁਤਾ ਕੋਈ ਪੈਸੇ ਵੀ ਮੇਰੇ ਸਿਰ ਦੇ ਉੱਪਰ ਚੜ੍ਹ ਗਏ, ਰਿਸ਼ਤੇਦਾਰਾਂ ਕੋਲ ਮੈਂ ਫੜ ਫੜ ਕੇ, ਅਤੇ ਉਹਨਾਂ ਦਾ ਮੈਂ ਆਪਣੀ ਵੱਲੋਂ ਕੋਸ਼ਿਸ਼ ਕੀਤੀ ਵੀ ਮੈਂ ਬਚਾਵਾਂਗਾ ਉਹਨੂੰ, ਪਰ ਉਹ ਨਹੀਂ ਬਚੇ। ਉਹ ਸਾਲ ਤੋਂ ਬਾਅਦ ਫਿਰ ਉਹ ਜਿਹੜੇ ਆ ਉਹ ਪੂਰੇ ਹੋ ਗਏ, ਅਤੇ ਜਿਹੜੇ ਘਰ ਦੇ ਹਿਸਾਬ ਨਾਲ ਹਾਲਾਤ ਸੀ ਉਹ ਕੁਝ ਉਹੋ ਜਿਹੇ ਨਹੀਂ, ਮਤਲਬ ਠੀਕ। ਪਹਿਲੇ ਕੀ ਕੰਮ ਕਰਦੇ ਸੀ? ਪਹਿਲੇ ਮੈਂ ਮਿਸਤਰੀ ਦਾ ਕਰਦਾ ਸੀ, ਅਤੇ ਮਿਸਤਰੀ ਦਾ ਜਦੋਂ ਕੰਮ ਕਰਦਾ ਸੀ ਤਾਂ ਮੈਨੂੰ ਕੰਮ ਬਹੁਤ ਘੱਟ ਮਿਲਦਾ ਸੀ, ਅਤੇ ਇਸ ਕਰਕੇ ਮੇਰਾ ਘਰ ਦਾ, ਉਦੋਂ ਬੱਚੇ ਛੋਟੇ ਸੀ ਅਤੇ ਮੇਰਾ ਜਿਹੜਾ ਘਰ ਦਾ ਟਾਈਮ ਪਾਸ ਨਹੀਂ ਹੁੰਦਾ। ਕਈ ਕਈ ਵਾਰੀ ਦਿਨ ਮੈਂ 15-15 ਦਿਨ ਮੈਂ ਘਰ ਬੈਠੇ ਰਹਿਣਾ, ਅਤੇ ਉਹ ਫਿਰ ਜਿਹੜਾ ਘਰ ਦਾ ਖਰਚਾ ਸੀ ਉਹ ਤਾਂ ਕਰਨਾ ਹੀ ਪੈਣਾ, ਘਰ ਦਾ ਖਰਚਾ ਤਾਂ ਕਰਨਾ ਹੀ ਪੈਣਾ। ਇਹ ਜਦੋਂ ਕਰਜ਼ਾ ਫਿਰ ਸਿਰ ਚੜ੍ਹ ਜਾਣਾ, ਕਿਤੇ ਦਿਹਾੜੀ ਲੱਗਣੀ ਕਈ ਨਹੀਂ ਲੱਗਣੀ, ਅਤੇ ਇਸ ਤਰ੍ਹਾਂ ਕੰਮ ਚੱਲਦਾ ਰਿਹਾ। ਉਸ ਤੋਂ ਬਾਅਦ ਫਿਰ ਜਿਹੜੇ ਮਤਲਬ ਇਹ ਜਿਹੜੇ ਘਰ ਦੇ ਹਾਲਾਤ ਇਸ ਤਰ੍ਹਾਂ ਹੀ ਜਿਹੜੇ ਨਾ। ਇਹ ਕਿੰਨੀ ਦੇਰ ਤੋਂ ਲਾ ਰਹੇ ਹੋ ਵੇਲਣਾ, ਕਦੋਂ ਤੋਂ ਪਾਇਆ ਇਹ ਵੇਲਣਾ? ਮੇਰੇ ਕੋਲ ਇਹ 6 ਸਾਲ ਹੋ ਗਏ, 6 ਸਾਲ ਤੋਂ ਚੱਲਦਾ ਹੈ। ਇੱਕ ਸਾਲ ਮੈਂ ਵਿੱਚ ਨਹੀਂ ਮੇਰੇ ਕੋਲ ਲੱਗਾ, ਜਦੋਂ ਮੇਰੇ ਘਰ ਦੇ ਬਿਮਾਰ ਸੀ ਉਦੋਂ ਮੈਂ ਨਹੀਂ ਲੱਗਾ ਮੇਰੇ ਕੋਲ। ਜਦੋਂ ਫਿਰ ਉਹਨਾਂ ਦੀ ਡੈਥ ਹੋ ਗਈ ਅਤੇ ਉਦੋਂ ਬਾਅਦ ਫਿਰ ਇਹ ਜਿਹੜਾ ਵੇਲਣਾ ਫਿਰ ਮੈਂ ਸਹੀ ਜਿਹੀ ਜੀ। ਕਿੰਨਾ ਕੁ ਸੌਖਾ ਸੀ ਇਹ ਵੇਲਣਾ ਪਾਉਣਾ, ਵੇਲਣਾ ਸ਼ੁਰੂ ਕਰਨਾ ਕਿੰਨਾ ਕੁ ਸੌਖਾ ਰਿਹਾ? ਕਿੰਨਾ ਕੁ ਸੌਖਾ? ਮਤਲਬ ਇਸ ਤਰ੍ਹਾਂ ਸੀ ਵੀ ਜਿਹੜਾ ਇੱਕ ਤਾਂ ਮੈਂ ਥੋੜ੍ਹਾ ਧੁੱਪ ਤੋਂ ਬਚ ਗਿਆ, ਅਤੇ ਦੂਜਾ ਇਹ ਸੀ ਬੱਚੇ ਮੇਰੇ ਨਾਲ ਥੋੜ੍ਹੀ ਜਿਹੀ ਹੈਲਪ ਕਰਾ ਦਿੰਦੇ ਸੀ, ਅਤੇ ਮੈਨੂੰ ਕਹਿੰਦੇ ਸੀ ਵੀ ਤੂੰ ਲੈ ਕੇ ਇੱਧਰ ਨੂੰ ਚੱਲ ਜਾ ਕਰ ਬਾਜ਼ਾਰ ਵੱਲ ਨੂੰ, ਅਤੇ ਚਲੋ ਜਿਹੜਾ ਥੋੜ੍ਹਾ ਬਹੁਤਾ ਕੋਈ ਖਰਚਾ ਪੱਠਾ ਆਏਗਾ ਘਰ ਦਾ, ਕੋਈ ਥੋੜ੍ਹਾ ਜਿਹਾ ਹਿਸਾਬ ਥਾਬ ਥੋੜ੍ਹਾ ਠੀਕ ਹੋ ਜਾਏ। ਕਿੰਨੇ ਪੈਸੇ ਲੱਗੇ ਉਦੋਂ ਇਹਨੂੰ ਵੇਲਣਾ ਤਿਆਰ ਕੀਤਾ? ਉਦੋਂ ਲੱਗਾ ਸੀ ਜੀ ਮੇਰਾ 60,000 ਰੁਪਇਆ ਨਗਦ, ਅਤੇ ਪੈਸੇ ਜੁੜ ਗਏ ਸੀ ਉਦੋਂ? ਫਿਰ ਪੈਸੇ ਫਿਰ ਮੈਂ ਆਪਣੇ ਅਤੇ ਰਿਸ਼ਤੇਦਾਰਾਂ ਕੋਲ ਮੈਂ ਚੁੱਕ ਕੇ ਲਾਏ, ਪੈਸੇ ਮੇਰੇ ਕੋਲ ਆਪਣੇ ਕੋਲ ਕਿੱਥੇ ਹੈਗੇ, ਰਿਸ਼ਤੇਦਾਰਾਂ ਕੋਲ ਫਿਰ ਮੈਂ ਥੋੜ੍ਹਾ ਬਹੁਤਾ। ਹੁਣ ਕਿੱਦਾਂ ਗੁਜ਼ਾਰਾ ਹੁੰਦਾ ਇਹਦੇ ਨਾਲ ਫਿਰ? ਹਾਂਜੀ ਹੁਣ ਤਾਂ ਮੈਂ ਚਲੋ ਰਿਸ਼ਤੇਦਾਰਾਂ ਦੇ ਵੀ ਅਤੇ ਥੋੜ੍ਹੇ ਬਹੁਤ ਲਾਹ ਤੇ, ਫਿਰ ਜਦੋਂ ਘਰ ਦੇ ਬਿਮਾਰ ਹੋਏ ਫਿਰ ਪੈਸੇ ਮੇਰੇ ਵਿੱਚ ਚੜ੍ਹ ਗਏ। ਹੁਣ ਕਿੱਦਾਂ ਚੱਲਦਾ ਪਿਆ, ਕੀ
गुजारा जे गल करिए किन्नी मतलब इतों आमदन हो जाती कि परिवार का सर जाता। हाँ जी 2-400 जितना 500 मैनू इतों मिल जाता है, कई बार वध भी तो कई बार मतलब कि वे नहीं भी घट। बाबा जी उम्र भी तो बड़ी है ना, 70 साल की उम्र, लोग तो रिटायर लाइफ जिंदे रिटायर्ड अपने बच्चों के। हाँ जी हाँ जी, पर यह है कि मतलब जो कि बने ना काम हो जाए चले तो फिर तो मतलब मेहनत तो करनी जरूरी है। साढ़े गुरु ने भी दसिया भी किरत किरत कमाई करो, तो किरत कमाई करके आप ही छको तो हो सकता तो मतलब किसी नूं गरीब नूं जां किसी नूं उन्हूं भी छकाओ। बिल्कुल बाड़े च रहिंदे हो फिर लोगों नूं भी डीक रहिंदी होनी है कि वो बाड़े वाले बाबा जी नहीं आए। हाँ जी मैनूं डीकते रहिंदे मतलब आम लोग जिहड़े मैनूं जानते आ कई बार तो नहीं डरते। एक बहू मेरे नाल गल करदा कि असीं ना रहो किसी को पी के नहीं राजी, एक सिर्फ तुहाडे को पीने हैं कि तुसीं ना एक गुरु अपना गुरु धारना की है तो गुरु नूं मानदे जे उस करके मैं तुहाडे को रहो जिहड़ी साफ सफाई भी। हाँ जी सफाई वेखदे ना। हाँ जी साफ सफाई तो दूजा मेरा काम है, मैं कोई हेरा फेरी वाला नहीं करना, मैं एक रब को डरना, बंदे को किसी को नहीं डरना, रब को डर के मैं सही काम करना। कि मैनू मैं मतलब अपने गुरु तो बेमुख होऊंगा जे मैं हेरा फेरी करूँगा, मैं हेरा फेरी नहीं करता कोई। बिल्कुल तुसीं अल्फाज सुने कि बाबा बाबा जी का कहना कि लोग उड़ीकते ने और इस बाणे नूं भी एक उड़ीक रही है कि बाणे वाले बाबा जी आणगे ते रौह मिलेगी पीण नूं वधिया साफ सुथरी। और एक हत्थी किरत करते पे और हत्थी मेहनत कर रहे, चाहे 70 साल की उम्र है, घर दीआं लोड़ां जिहड़ियां उह इह मेहनत करवा रही। कैमरा परसन विक्की दे नाल गुरप्रीत चावला, जगबाणी टीवी लई गुरदासपुर।